ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਕੀਤੀ ਹੈ ਪੋਟੈਟੋ ਦੀ ਡਿਜੀਟਲ ਸੇਲ ਬਾਰੇ ਕਿ ਜਦੀ ਵਿਜੇ ਸਾਨੂੰ ਨੋਟਬੰਦੀ ਹੋਈ ਉਹ ਤੋਂ ਬਾਅਦ ਹੀ ਅੱਜ ਦੀ ਉਹਦਾ ਇੰਪੈਕਟ ਸਾਡੇ ਤੇ ਚੱਲ ਰਿਹਾ ਹੈਗਾ ਤੇ ਕਿਸ ਤਰ੍ਹਾਂ ਸਾਡੇ ਕੋਲ ਪਿਛਲੇ ਸਾਲ ਆਲੂ ਸਾਰਾ ਸਟਾਕ ਬਚ ਗਿਆ ਉਹ ਤੋਂ ਇਸ ਸਾਲ ਦੀ ਸਾਰੀ ਕ੍ਰੋਪ ਬਚੀ ਪਈ ਹੈਗੀ ਆ ਉਹ ਸਟੋਰਾਂ 'ਚ ਪਈ ਔਰ ਸਾਡੇ ਕੋਲ ਅੱਜ ਤੱਕ ਕੋਈ ਬਾਇਰ ਨਹੀਂ ਹੈਗਾ ਮੰਡੀ ਵਿੱਚ ਕੋ ਸਾਡੀ ਕੋਸਟ ਆਫ ਪ੍ਰੋਡਕਸ਼ਨ ਤੋਂ ਵੀ ਘੱਟ ਪ੍ਰਾਈਸ ਮਿਲ ਰਹੀ ਹੈਗੀ ਆ ਉਹਦੇ ਬਾਰੇ ਵਿਚਾਰ ਕਰਨ ਲਈ ਸੱਦਿਆ ਜੀ ਸਾਰੇ ਕਿ ਤੋਂ ਸਾਡੇ ਤੁਹਾਡੇ ਮੀਡੀਆ ਦੇ ਥਰੂ ਮਾਧਿਅਮ ਦੇ ਥਰੂ ਅਸੀਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਆਪਣੀਆਂ ਮੰਗਾਂ ਦੱਸ ਸਕੀਏ ਕਿ ਸਾਡਾ ਆਲੂ ਦੀ ਖੇਤੀ ਉਹਦੇ ਬਹੁਤ ਜ਼ਿਆਦਾ ਕੋਸਟ ਇੰਸਟੇਟਿਵ ਕੋਲ ਕਰਕੇ ਕਾਫੀ ਹੈਵੀ ਲੋਨਸ ਹੈਗੇ ਆ ਜਿਨ੍ਹਾਂ ਦੇ ਇੰਟਰਸਟ ਦਾ ਪ੍ਰਿੰਸੀਪਲ ਅਮਾਊਂਟ ਵੀ ਸਾਡੇ ਤੋਂ ਲਾਸਟ ਈਅਰ ਨਾ ਹੋਣ ਕਰਕੇ ਦੇ ਨਹੀਂ ਸਕੇ ਅਕਾਊਂਟ ਸਾਰੀਆਂ ਦੇ ਤਕਰੀਬਨ NPA ਹੋਣ ਵਾਲੇ ਹੈਗੇ ਆ ਸਾਡੀ ਇਹ ਦਰਖਾਸਤ ਆ ਸੈਂਟਰ ਗੌਰਮੈਂਟ ਨੂੰ ਅਤੇ ਪੰਜਾਬ ਗੌਰਮੈਂਟ ਨੂੰ ਕਿ ਸਾਡੇ ਜਿਹੜੇ ਇੰਟਰਸਟ ਆ ਉਹਨਾਂ ਨੂੰ 6-6 ਮਹੀਨੇ ਲਈ ਅੱਗੇ ਪਾਇਆ ਜਾਵੇ ਸਾਡੇ ਅਕਾਊਂਟ NPA ਤੋਂ ਬਚਾਏ ਜਾਣ ਸਾਡੇ ਕੋਲ ਜਿਹੜਾ ਆਲੂ ਦਾ ਸਟਾਕ ਹੈਗਾ ਉਹਨੂੰ ਬਾਹਰ ਭੇਜਣ ਦਾ ਬੰਦੋਬਸਤ ਕਰਨ ਪਾਕਿਸਤਾਨ ਦਾ ਬਾਰਡਰ ਖੋਲ੍ਹਿਆ ਜਾਵੇ ਮਾਰਕੀਟ ਜਾਂ ਐਗਰੋ ਦੇ ਥਰੂ ਖਰੀਦ ਕਰਕੇ ਲੋਕਲ ਮਾਰਕੀਟ ਵਿੱਚ ਜਾਂ ਬਾਹਰ ਭੇਜਿਆ ਜਾਵੇ ਜਾਂ ਫਿਰ ਸਾਨੂੰ ਜਿਹੜੀ ਫਰੀਡ ਸਬਸਿਡੀ ਦੂਜੀਆਂ ਸਰਕਾਰਾਂ ਬੰਗਾਲ ਗੁਜਰਾਤ ਉੱਤਰ ਪ੍ਰਦੇਸ਼ ਦੇ ਰਹੀਆਂ ਇਹ ਤੋਂ ਆਲੂ ਬਾਹਰ ਭੇਜਣ ਲਈ ਫਰੀਡ ਸਬਸਿਡੀ ਦਿੱਤੀ ਜਾਵੇ 1 ਰੁਪਏ ਕਿਲੋ ਦੇ ਹਿਸਾਬ ਨਾਲ ਤਾਂ ਉਹਦੇ ਤਾਂ ਕੁਛ ਆਲੂ ਦੀ ਮੂਵਮੈਂਟ ਤੋਂ ਚਲੇ ਜਾਊਗੀ ਕੁਛ ਜਿਹੜਾ ਬਾਇਰ ਨੂੰ ਸਸਤਾ ਮਿਲੇਗਾ ਤਾਂ ਸਾਡੇ ਤੋਂ ਲੈਣਾ ਸ਼ੁਰੂ ਕਰ ਦੂਗਾ ਜੀ ਤੁਸੀਂ ਜਿਹੜਾ ਪ੍ਰੋਟੈਸਟ ਕੀਤਾ ਇਹਦਾ ਮਕਸਦ ਇਹ ਹੈ ਕਿ ਜਿਹੜੇ ਸਾਡੇ ਗਲੀ ਦਾ ਇਹ ਸਾਡੇ ਕਿਸ ਵੇਲੇ ਗਲ ਦਾ ਹੀਰਾ ਸੀ ਜੀ ਅੱਜ ਇਹ ਸਾਡੇ ਗਲੀ ਦਾ ਫੰਦਾ ਬਣ ਗਿਆ ਅਤੇ ਉੱਤੇ ਅਸੀਂ ਕਰੋੜਾਂ ਰੁਪਈਆ ਲਾ ਕੇ ਪੈਦਾ ਕਰਕੇ ਸਟੋਰਾਂ 'ਚ ਰੱਖਿਆ ਔਰ ਸਾਡੇ ਕੋਲ ਅੱਜ ਉਹਦਾ ਬਾਇਰ ਕੋਈ ਨਹੀਂ ਇਹ ਹੁਣ ਗਲੀ ਦਾ ਫੰਦਾ ਸਮਝ ਕੇ ਇਹਨੂੰ ਗਲ 'ਚ ਪਾਈ ਫਿਰਦੇ ਅਸੀਂ ਅੱਗੋਂ ਕੀ ਹੋਏਗਾ ਜੇ ਤੁਸੀਂ ਇਹ ਤਾਂ ਡਿਮਾਂਡ ਨਹੀਂ ਮੰਨੀਆਂ ਜਾਂਦੀ ਜਿਵੇਂ ਤੁਸੀਂ ਸੜਕਾਂ ਦੇ ਅੰਦਰ ਸੀ ਹੋਰ ਕੀ ਹੋਏਗਾ ਅੱਜ ਦੇ ਹਾਲਾਤ ਆ ਸਾਰੇ ਹਿੰਦੁਸਤਾਨ 'ਚ ਫਾਰਮਰ ਦੇਖਿਆ ਤੁਸੀਂ ਪ੍ਰੋਟੈਸਟ ਕਰ ਰਹੇ ਹੈਗੇ ਆ ਉਹਨਾਂ 'ਚ ਡਿਪਰੈਸ਼ਨ ਆ ਇੱਦਾਂ ਲੱਗ ਰਿਹਾ ਕਿ ਖੇਤੀ ਵਿੱਚੋਂ ਲੋਕ ਹਟ ਕੇ ਹੋਰ ਧੰਦਿਆਂ 'ਚ ਜੁੜ ਗਏ ਤਾਂ ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਫੂਡ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਊਗਾ ਜੇ ਫਾਰਮਰ ਦੀ ਉਹਨੇ ਅੱਜ ਬਾਹ ਨਾ ਫੜੀ ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਫੂਡ ਦੀ ਸਪਲਾਈ ਪੂਰੀ ਨਹੀਂ ਹੋ ਪਾਊਗੀ ਇਹ ਤਾਂ ਸਰਕਾਰ ਦੇ ਤੁਹਾਡੇ ਵੱਲੋਂ ਕੀ ਹੋਏਗਾ ਅਸੀਂ ਹੋਰ ਧੰਦੇ ਬਣਾਵਾਂਗੇ ਜੀ ਖੇਤੀ ਦੇ ਨਾਲ ਨਾਲ ਹੋਰ ਕੰਮ ਕਰਾਂਗੇ ਅਤੇ ਡਿਵਰਸੀਫਾਈ ਕਰਾਂਗੇ ਉਹੀ ਕਰੋਪਾਂ ਬੀਜਾਂਗੇ ਡਿਵਰਸੀਫਾਈ ਹੋਏ ਸੀਗੇ ਫਿਰ ਜਿਹੜੀਆਂ ਸਰਕਾਰ ਖਰੀਦੀ ਉਹਨਾਂ ਫਸਲਾਂ ਦੇ ਵਿੱਚ ਧਿਆਨ ਦੇਵਾਂਗੇ ਜ਼ਿਆਦਾ ਕਿੰਨਾ ਕੁ ਹੋਏਗਾ ਜੀ ਆਲੂ ਇਸ ਵਕਤ ਸਟੋਰਾਂ ਦੇ ਵਿੱਚ ਗੱਲ ਕਰੀਏ ਤਾਂ ਸਟੋਰਾਂ ਦੇ ਵਿੱਚ ਤਕਰੀਬਨ ਜੀ ਸਾਡੇ ਕੋਲ 70,000 ਏਕੜ ਹੈਕਟੇਅਰ ਦਾ ਆਲੂ ਹੈਗਾ 100 ਕੁਇੰਟਲ ਖੇਤ ਦਾ ਨਿਕਲਦਾ ਹੈਗਾ ਐਵਰੇਜ ਉਹਦੇ 'ਚ 60-70% ਆਲੂ ਸਟੋਰਾਂ 'ਚ ਪਿਆ ਹੈਗਾ ਅੰਕੜੇ ਜਿਹੜੇ ਕਿਸਾਨ ਦੀ ਜਿਹੜੀ ਹੈਗੀ ਗਿਣਤੀ ਕਰੀਏ ਤਾਂ ਬਹੁਤ ਜ਼ਿਆਦਾ ਨਹੀਂ ਹੈਗੇ ਤਾਂ ਹਜ਼ਾਰਾਂ 'ਚ ਹੀ ਹੋਣਗੇ ਪਰ ਇਹਦੇ ਨਾਲ ਸੰਬੰਧਿਤ ਲੇਬਰ ਜਿਹੜੀ ਹੈ ਲੱਖਾਂ ਲੇਬਰ ਲੱਗਦੀ ਹੈ ਇਹਨੂੰ ਕਰਨ ਲਈ ਸਹਾਇਕ ਧੰਦੇ ਨਾਲ ਜੁੜਦੇ ਆ ਕੋਲਡ ਸਟੋਰ ਦੇ ਓਨਰਸ ਨਾਲ ਪ੍ਰਭਾਵ ਹੋਣਗੇ ਹਰ ਇੱਕ ਮਸ਼ੀਨਰੀ ਜਿਹੜੀ ਸਾਡੇ ਕੋਲ ਸਰਪਲਸ ਹੋਈ ਆ ਉਹਦੀ ਡਿਸਟੇਜ ਸੇਲ ਸ਼ੁਰੂ ਕਰਾਂਗੇ ਉਹ ਸਾਰੀ ਪ੍ਰੋਬਲਮ ਤਾਂ ਬੜੀ ਲੰਮੇ ਸਮੇਂ ਤੱਕ ਚੱਲਣ ਵਾਲੀ ਹੈ ਜੀ ਹਾਂਜੀ ਭਾਅ ਜੀ ਦੱਸੋ ਜੇ ਤੁਹਾਡੀ ਡਿਮਾਂਡ ਨਹੀਂ ਪੂਰੀ ਹੋਊਗੀ ਸਾਡੀ ਜਿਹੜੀ ਅੱਜ ਮੇਜਰ ਡਿਮਾਂਡ ਇਹ ਹੈਗੀ ਆ ਵੀ ਜਿਹੜਾ ਸਾਡਾ ਆਲੂ ਹੈਗਾ ਆ ਇਹ ਪੂਰੇ ਇੰਡੀਆ ਦੇ ਵਿੱਚ ਐਜ਼ ਏ ਸੀਡ ਯੂਜ਼ ਹੁੰਦਾ ਆ ਜੇ ਅੱਜ ਸਾਡੇ ਇੰਨੇ ਮਾੜੇ ਹਾਲਾਤ ਹੋਏ ਆ ਅਸੀਂ ਸਾਰੇ ਜੇ ਅੱਜ ਆਲੂ ਬਿਜਾਈ ਨੂੰ ਬੰਦ ਕਰ ਦਿੰਦੇ ਹਾਂ ਅਤੇ ਕੱਲ੍ਹ ਨੂੰ ਆਉਣ ਵਾਲੇ ਦਿਨਾਂ 'ਚ ਇੰਡੀਆ ਲਈ ਬਹੁਤ ਵੱਡਾ ਕ੍ਰਾਈਸਿਸ ਹੋ ਜਾਊਗਾ ਜਿਹੜਾ ਫੂਡ ਦਾ ਆ ਅਸੀਂ ਇਹੀ ਸਰਕਾਰਾਂ ਨੂੰ ਵਾਰ ਵਾਰ ਇਹੀ ਕਹਿੰਦੇ ਵੀ ਹਰੇਕ ਵਾਰੀ ਅਸੀਂ ਸੜਕਾਂ 'ਤੇ ਮੁਫਤ ਵੰਡ ਕੇ ਸੜਕਾਂ 'ਤੇ ਸਿੱਟਦੇ ਹਾਂ ਮੁਫਤ ਵੰਡਦੇ ਹਾਂ ਕਰਕੇ ਅਸੀਂ ਪ੍ਰਦਰਸ਼ਨ ਕਰਦੇ ਹਾਂ ਹੁਣ ਅਸੀਂ ਅੱਕ ਚੁੱਕੇ ਹਾਂ ਪ੍ਰਦਰਸ਼ਨ ਕਰਕੇ ਹੁਣ ਅਸੀਂ ਇਸ ਕਰੋਪ ਤੋਂ ਸਾਰੀ ਜਨਤਾ ਨੇ ਪਿੱਛੇ ਹਟ ਜਾਣਾ ਜੇ ਸਾਰਾ ਦੁਆਬਾ ਰੀਜ਼ਨ ਪਿੱਛੇ ਆਲੂਆਂ ਦੀ ਫਸਲ ਤੋਂ ਹਟ ਗਿਆ ਤਾਂ ਇੰਡੀਆ ਨੂੰ ਸੀਡ ਵੀ ਨਹੀਂ ਲੱਭਣਾ ਵੀ ਅਸੀਂ ਕਿੱਥੋਂ ਲਿਆ ਕੇ ਬੀਜੀਏ ਇਹ ਸਾਡੀ ਮਿਹਨਤ ਆ ਜਿਹੜਾ ਕਿ ਅਸੀਂ ਇੰਨਾ ਵਧੀਆ ਕੁਆਲਿਟੀ ਦਾ ਸੀਡ ਤਿਆਰ ਕਰਕੇ ਇੰਡੀਆ ਨੂੰ ਦਿੱਤਾ ਜਿਹੜੀ ਬੰਪਰ ਪ੍ਰੋਡਕਸ਼ਨ ਹੁੰਦੀ ਆ ਤਾਂ ਸਾਰੇ ਇੰਨਾ ਸਸਤਾ ਆਲੂ ਖਾਂਦੇ ਆ ਔਰ ਅਸੀਂ ਸਾਡੀ ਇਹੀ ਆ ਵੀ ਅਸੀਂ ਵਾਰ ਵਾਰ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਹਾਂ ਕਰਦੇ ਹਾਂ ਹੁਣ ਅਸੀਂ ਇਹ ਸਾਰਿਆਂ ਨੇ ਪਲਾਨ ਕਰ ਲਿਆ ਵੀ ਜੇ ਸਾਡੀ ਸਰਕਾਰ ਨੇ ਕਿਸੇ ਨੇ ਬਾਂਹ ਨਹੀਂ ਫੜੀ ਤਾਂ ਸਭ ਤੋਂ ਪਹਿਲਾਂ ਦੁਆਬਾ ਰੀਜ਼ਨ ਜਿਹੜਾ ਆਲੂਆਂ ਦਾ ਬੀਜ ਬਣਾਉਂਦਾ ਆ ਔਰ ਸਾਰਾ ਇੰਡੀਆ ਇਹ ਬੀਜ ਯੂਜ਼ ਕਰਦਾ ਸਾਰਿਆਂ ਤੋਂ ਪਿੱਛੇ ਹਟ ਜੂਗੇ ਜਿਹੜਾ ਕਿ ਆਉਣ ਵਾਲੇ ਸਾਲਾਂ 'ਚ ਬਹੁਤ ਵੱਡਾ ਕ੍ਰਾਈਸਿਸ ਸੈਂਟਰ ਸਰਕਾਰਾਂ ਦੇ ਕੋਲ ਹੋਊਗਾ ਬਾਹਰੋਂ ਲੱਭਦੇ ਫਿਰੂਗੇ ਆਲੂ ਅਸੀਂ ਕਿੱਥੋਂ ਲੈ ਗਏ ਅਸੀਂ ਇਹ ਕਹਿੰਦੇ ਵੀ ਜਿਹੜੇ ਅੱਜ ਜਿਹੜੇ ਹਾਲਾਤ ਹੈਗੇ ਆ ਜੇ ਖਾਣ ਵਾਲਾ ਆਲੂ ਵਿਕੂਗਾ ਤਾਂ ਹੀ ਕੋਈ ਸਾਡੇ ਕੋਲ ਸੀਡ ਲਊਗਾ ਤਾਂ ਹੀ ਸਾਡਾ ਕਿਤੇ ਆਲੂ ਜਾਊਗਾ ਜਿਹੜਾ ਬੰਗਲਾਦੇਸ਼ ਦਾ ਬਾਰਡਰ ਆ ਪਾਕਿਸਤਾਨ ਦਾ ਬਾਰਡਰ ਆ ਇਮੀਜੀਏਟ ਖੋਲਣ ਔਰ ਖੋਲ੍ਹਣ ਕਿ ਸਾਡਾ ਜਿਹੜਾ ਆਲੂ ਆ ਨਾਲ ਦੇ